ਪੰਜਾਬ ਦੇ ਸਾਰੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਪੇਰੈਂਟਸ ਟੀਚਰ ਮੀਟਿੰਗ ਜਿਹੜੀ ਉਹ ਚੱਲ ਰਹੀ ਹੈ ਤਾਂ ਕਿ ਬੱਚੇ ਦੀ ਪਰਫਾਰਮੈਂਸ ਕਿਸ ਤਰੀਕੇ ਦੀ ਹੈ, ਬੱਚਾ ਕਿਹੜੇ ਸਬਜੈਕਟ ਦੇ ਵਿੱਚ ਕਮਜ਼ੋਰ ਹੈ, ਕਿਹੜੇ ਸਬਜੈਕਟ ਦੇ ਵਿੱਚ ਮਜ਼ਬੂਤ ਹੈ ਔਰ ਸਕੂਲ ਦੇ ਵਿੱਚ ਪਰਫਾਰਮੈਂਸ ਕਿਵੇਂ ਦੀ ਹੈ, ਇਹ ਸਾਰੀ ਫੀਡਬੈਕ ਜਿਹੜੀ ਹੈ ਟੀਚਰ ਪੇਰੈਂਟਸ ਨੂੰ ਦੇ ਰਹੇ ਨੇ, ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਔਰ ਨਾਲ ਨਾਲ ਸਟੂਡੈਂਟ ਜਿਹੜੇ ਨੇ ਉਹ ਨਾਲ ਬੈਠੇ ਹੋਏ ਨੇ। ਇਸ ਵੇਲੇ ਮੋਹਾਲੀ ਦੇ ਵਿੱਚ ਅਸੀਂ ਮੌਜੂਦ ਹਾਂ ਇੱਕ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਪੇਰੈਂਟਸ ਆਏ ਹੋਏ ਨੇ ਆਪਣੇ ਸਟੂਡੈਂਟਸ ਦੀ ਪੂਰੀ ਰਿਪੋਰਟ ਲੈਣ ਦੇ ਲਈ। ਪੇਰੈਂਟਸ ਟੀਚਰ ਮੀਟਿੰਗ ਜਿਹੜੀ ਹੈ ਉਹ ਕਰਵਾਈ ਗਈ ਹੈ, ਗੱਲਬਾਤ ਵੀ ਕਰ ਲੈਂਦੇ ਹਾਂ। ਮੈਮ, ਕਿਸ ਤਰੀਕੇ ਦੀ ਪਰਫਾਰਮੈਂਸ ਬੱਚੇ ਦੀ ਔਰ ਕਿੰਨੇ ਕੁ ਟੀਚਰ ਜਿਹੜੇ ਅੱਜ ਪੇਰੈਂਟਸ ਨੂੰ ਮਿਲ ਚੁੱਕੇ ਨੇ? ਸਰ, ਟੀਚਰ ਪੇਰੈਂਟਸ ਆ ਰਹੇ ਹੈ ਬੱਚਿਆਂ ਦੇ ਰੈਗੂਲਰਲੀ, ਮੈਂ ਸੁਬਹਾ ਤੋਂ ਬੈਠੀ ਹਾਂ ਇੱਥੇ ਤਾਂ ਸੁਬਹਾ ਤੋਂ ਕੰਟੀਨਿਊਸਲੀ ਆ ਰਹੇ ਹੈ ਕਿਉਂਕਿ ਐਵਰੀਬਡੀ ਇਜ਼ ਗੋਇੰਗ ਟੂ ਅਟੈਂਡ ਇਟ। ਮੈਸੇਜ ਉਸ ਹਿਸਾਬ ਨਾਲ ਕਨਵੇ ਕੀਤਾ ਸੀ ਕਿ ਸਭ ਅਟੈਂਡ ਕਰਨਗੇ ਐਂਡ ਬੱਚੇ ਵੀ ਬੜੇ ਐਪਰੀਸ਼ੀਏਬਲ ਹੈ, ਅੱਛੇ ਤਰੀਕੇ ਨਾਲ ਸਟੱਡੀ ਕਰਦੇ ਆ ਔਰ ਪੇਰੈਂਟਸ ਨਾਲ ਮਿਲ ਕੇ ਮੈਨੂੰ ਅੱਜ ਬਹੁਤ ਅੱਛਾ ਲੱਗ ਰਿਹਾ ਕਿ ਬੱਚਿਆਂ ਦੇ ਨਾਲ ਗੱਲਬਾਤ ਹੋ ਰਹੀ ਕਿ ਘਰ ਕਿਸ ਤਰ੍ਹਾਂ ਦਾ ਉਹਨਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਦੀ ਸਟੱਡੀ ਹੈ ਐਂਡ ਇਨ ਦਾ ਸਕੂਲ ਵੇਅਰ ਦੇਅਰ ਆਰ ਸਟੱਡਿੰਗ, ਉਹ ਅਸੀਂ ਦੱਸ ਰਹੇ ਹਾਂ ਕਿ ਇੱਥੇ ਕਿਸ ਤਰ੍ਹਾਂ ਬੱਚਾ ਪਰਫਾਰਮ ਕਰ ਰਿਹਾ ਤਾਂ ਅੱਛਾ ਲੱਗ ਰਿਹਾ। ਪੇਰੈਂਟ ਐਂਡ ਟੀਚਰ ਮੀਟਿੰਗ ਇਟ ਸ਼ੁੱਡ ਬੀ ਦੇਅਰ ਆਲਵੇਜ਼, ਕਿ ਇੱਕ ਹੈਲਦੀ ਕਨਵਰਸੇਸ਼ਨ ਵਿੱਚ ਹੁੰਦੀ ਹੈ ਤਾਂ ਅਸੀਂ ਬੱਚੇ ਦੀ ਵੈਲਬੀਇੰਗ ਲਈ, ਉਹਦੀ ਗਰੋਥ ਦੇ ਲਈ ਇਸ ਚੀਜ਼ ਨੂੰ ਜ਼ਰੂਰ ਕੰਟਰੀਬਿਊਟ ਹੁੰਦਾ ਹੈ। ਪੇਰੈਂਟਸ ਆਏ, ਉਹਨਾਂ ਨਾਲ ਵੀ ਗੱਲਬਾਤ ਕਰ ਲੈਣ, ਕਿਵੇਂ ਲੱਗ ਰਿਹਾ? ਕਿਉਂਕਿ ਅਮੂਮਨ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਅਮੂਮਨ ਹੁੰਦੀ ਰਹਿੰਦੀ ਹੈ ਪੇਰੈਂਟਸ ਟੀਚਰ ਮੀਟਿੰਗ, ਲੇਕਿਨ ਹੁਣ ਸਰਕਾਰੀ ਸਕੂਲ ਦੇ ਵਿੱਚ ਵੀ ਇਹ ਫੈਸਲੇ ਲਿੱਤੇ ਗਏ। ਬਹੁਤ ਅੱਛਾ ਲੱਗ ਰਿਹਾ ਹੈ ਟੀਚਰ ਕੇ ਸਾਥ ਮਿਲ ਕੇ ਔਰ ਬਹੁਤ ਅੱਛੇ ਸੇ ਕਰਾਤੇ ਹੈ ਬੱਚੋਂ ਕੋ, ਬੱਚਾ ਪਤਾ ਲੱਗ ਰਿਹਾ ਕਿ ਬੰਕ ਤਾਂ ਨਹੀਂ ਮਾਰਦਾ ਜਾਂ ਟਾਈਮ ਸਿਰ ਆਉਂਦਾ ਜਾਂ ਝੂਠ ਬੋਲਦਾ ਜਾਂ ਸੱਚ ਬੋਲਦਾ, ਸਾਰੀ ਪਤਾ ਲੱਗ ਰਿਹਾ? ਨਹੀਂ ਨਹੀਂ, ਬਹੁਤ ਅੱਛੇ ਹੈ ਮੈਡਮੋ ਕੇ ਨੰਬਰ ਹੈ ਹਮਾਰੇ ਪਾਸ, ਇਨਕੇ ਸਾਥ ਵੀ ਬਾਤ ਹੋਤੀ ਰਹਤੀ ਹੈ ਤੋ ਕੁਛ ਵੀ ਪ੍ਰੋਬਲਮ ਹੋਏ ਤੋ ਟੀਚਰ ਹਮੇ ਬਤਾ ਦੇਤੀ ਕਿ ਇਹ ਦਿੱਕਤ ਹੋ ਰਹੀ ਹੈ, ਪਰ ਬਹੁਤ ਅੱਛੇ ਸੇ ਪੜਾ ਰਹੇ ਹੈ ਟੀਚਰ। ਠੀਕ ਹੈ, ਹਾਂਜੀ, ਬੱਚਾ ਠੀਕ ਹੈ ਪੜ੍ਹਾਈ ਚ? ਹਾਂਜੀ, ਬਹੁਤ ਅੱਛਾ ਹੈ। ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਪੜ੍ਹਦੇ ਨੇ ਉੱਥੇ ਪੇਰੈਂਟਸ ਵੀ ਨਾਲ ਬੈਠੇ ਹੋਏ ਨੇ, ਤੁਸੀਂ ਕੀ ਕਰਦੇ ਹੋ? ਹੋ ਗਈ ਪੇਰੈਂਟਸ ਦੀ ਟੀਚਰ ਦੇ ਨਾਲ ਗੱਲਬਾਤ? ਹਾਂਜੀ ਹਾਂਜੀ, ਹੋ ਗਈ ਜੀ, ਵਧੀਆ ਲੱਗਿਆ ਜੀ। ਮੈਂ ਤਾਂ ਇਹ ਚਾਹੁੰਦਾ ਸਰਕਾਰ ਨੂੰ, ਇਹ ਜਿਹੜੇ ਪ੍ਰਾਈਵੇਟ ਸਕੂਲ ਹੈ ਨਾ ਉਹਨਾਂ ਨੂੰ ਵੀ ਨੰਬਰ 1 ਤੇ ਹੋਣੇ ਚਾਹੀਦੇ ਆ। ਹੁਣ ਜਿਵੇਂ ਇਹ ਸਿਸਟਮ ਹੋ ਰਿਹਾ ਨਾ, ਬਹੁਤ ਵਧੀਆ ਸਕੂਲ ਦਾ ਹੋ ਰਿਹਾ, ਬੱਚੇ ਵੀ ਪੂਰਾ ਐਕਟਿਵ ਹੋ ਗਏ। ਤੁਹਾਡੇ ਬੱਚੇ? ਹਾਂਜੀ, ਮੇਰੇ ਗੁੜੀ ਆ ਜੀ, ਉਹ ਪ੍ਰਾਈਵੇਟ ਚ ਪੜ੍ਹਦੀ, ਇਹ 9th ਚ ਪੜ੍ਹਦੀ ਹੈ। ਉਹਨਾਂ ਨੂੰ ਪ੍ਰਾਈਵੇਟ ਤੇ ਇਹਨਾਂ ਨੂੰ ਸਰਕਾਰੀ? ਇਹਨੂੰ ਪ੍ਰਾਈਵੇਟ ਵਿੱਚ ਹੀ ਲਾਣਾ ਹੁਣ, ਮੈਂ ਅਗਲੇ ਸਾਲ ਵਿੱਚ ਇੱਥੇ ਹੀ ਲਗਾਉਂਗਾ ਸਰਕਾਰੀ। ਹਾਂਜੀ, ਸਰਕਾਰੀ ਲਗਾਉਂਗਾ, ਮੈਨੂੰ ਇਹ ਬਹੁਤ ਵਧੀਆ ਲੱਗਿਆ ਵੀ ਪੜ੍ਹਾਈ ਬਹੁਤ ਵਧੀਆ ਕਰਤੀ ਸਰਕਾਰ ਨੇ, ਇਹ ਕੰਮ ਤਾਂ ਬਹੁਤ ਵਧੀਆ ਕੀਤਾ। ਕਿਵੇਂ ਲੱਗਦਾ, ਡਰ ਤਾਂ ਨਹੀਂ ਲੱਗਾ ਜਦੋਂ ਪੇਰੈਂਟਸ ਆਏ ਟੀਚਰ ਨੂੰ ਸਿੱਧਾ ਮਿਲ ਰਹੇ, ਕੋਈ ਸ਼ਿਕਾਇਤ ਤਾਂ ਕਰਦੇ, ਸ਼ਰਾਰਤ ਤਾਂ ਨਹੀਂ ਕਰਦੇ? ਬੱਚੇ ਪੜ੍ਹਨ ਵਾਲੇ ਹੁਸ਼ਿਆਰ ਬੱਚੇ ਹੈ ਇਹ ਸਾਰੇ। ਇਹੀ ਤਾਂ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਇਹ ਇੰਨੇ ਵਧੀਆ ਸਕੂਲ ਹੋ ਜਾਣ ਨਾ, ਬਹੁਤ ਵਧੀਆ ਪ੍ਰਾਈਵੇਟ ਸਾਰੇ ਬੈਂਚ ਚ ਅੱਜ ਤੁਸੀਂ ਬੈਠੇ ਹੋ, ਅਮੂਮਨ 10-15 ਸਾਲ ਪਹਿਲਾਂ ਤੁਸੀਂ ਜਾਂ 20 ਸਾਲ ਪਹਿਲਾਂ ਬੈਠੇ ਹੋਵੋਗੇ ਸਰਕਾਰੀ ਬੈਂਚ? ਐਵੇਂ ਕਦੇ ਨਹੀਂ ਹੋਇਆ ਜੀ, ਹੁਣ ਪਹਿਲੀ ਵਾਰੀ ਹੋਇਆ ਮਾਨ ਸਰਕਾਰ ਦੇ ਵਿੱਚ ਵੀ। ਬਹੁਤ ਵਧੀਆ, ਧੰਨਵਾਦ ਸਾਰਿਆਂ ਦਾ। ਇਹ ਮੈਡਮ ਟੀਚਰ ਵੀ ਬਹੁਤ ਬੜੀਆ ਜੀ, ਇੱਥੋਂ ਦੇ ਵਧੀਆ ਬੱਚੇ ਨੂੰ ਗਾਈਡ ਕਰਦੇ ਅੱਛੀ ਤਰ੍ਹਾਂ। ਤੁਸੀਂ ਕੀ ਕਰਦੇ ਹੋ ਔਰ ਤੁਹਾਡਾ ਬੇਟਾ ਕਿਹੜੀ ਕਲਾਸ? 9th। ਤੁਸੀਂ ਕੀ ਕਰਦੇ? ਜੀ ਸਰ, ਮੈਂ ਤਾਂ ਕੰਟੈਕਟ ਕਰੂੰ। ਇਹ ਅੱਜ ਬੱਚੇ ਦੀ ਰਿਪੋਰਟ ਲੈਣ ਆਇਓ, ਠੀਕ ਕਰਦਾ, ਬੰਕ ਤਾਂ ਨਹੀਂ ਮਾਰਦਾ, ਝੂਠ ਨਹੀਂ? ਬਹੁਤ ਬੜੀਆ, ਇੱਕਦਮ ਰੈਸਪੋਂਸੀਬਲ ਹੈ, ਕੋਈ ਦਿੱਕਤ ਨਹੀਂ। ਪਹਿਲਾਂ ਵੀ ਆਏ ਪੇਰੈਂਟਸ ਟੀਚਰ ਮੀਟਿੰਗ ਦੀ? ਹਾਂ ਜੀ, ਮੈਂ ਪਹਿਲਾਂ ਵੀ ਆਇਆ। ਇਹ ਪਤਾ ਕਿ ਬੱਚਾ ਠੀਕ ਕਰ ਰਿਹਾ, ਕੋਈ ਬੰਕ ਨਹੀਂ ਮਾਰਦਾ? ਨਹੀਂ ਨਹੀਂ ਨਹੀਂ, ਠੀਕ, ਬਿਲਕੁਲ ਠੀਕ ਕਰ ਰਿਹਾ, ਬਾਕੀ ਘਰ ਪੇ ਵੀ ਪੂਰਾ ਇਸਕੋ ਦੇਖਦੇ ਰਹਤੇ ਹੈ ਕਿ ਹਾਂ ਜੀ, ਬਾਕੀ ਟੀਚਰ ਕੇ ਸਾਥ ਵੀ ਅੱਛਾ ਹੈ। ਇਸ ਵੇਲੇ ਗੱਲਬਾਤ ਜਿਹੜੀ ਹੈ ਉਹ ਟੀਚਰ ਤੇ ਪੇਰੈਂਟਸ ਦੀ ਕੀਤੀ ਜਾ ਰਹੀ, ਉਹ ਵੀ ਸੁਣ ਲੈਂਦੇ ਹਾਂ ਕਿਸ ਤਰੀਕੇ ਨਾਲ ਗੱਲਬਾਤ ਕਰ ਰਹੇ ਨੇ।
जहाँ पे मुझे लगता है कि बच्चों के साथ हमको लीनियंसी चाहिए है ना, बच्चे को थोड़ा फ्रेंडली एटमॉस्फेयर देना है हमको, तो हम फ्रेंडली एटमॉस्फेयर वो चीज़ मेरे को बड़ी अच्छी लगी। जैसे आप बहुत अच्छे थे ना बच्चों को, जैसे बच्चों के उधर जाके उनके लेवल पे, उनकी साइकोलॉजी पे जाके हमको सोच के हम लोग डील करते हैं। जैसे बच्चा प्रॉब्लम में आके बोलेगा फिर कि माँ मैं ऐसा समझाती है, ऐसा समझाती है, प्यार से बोलती है, ऐसा लगता नहीं कि टीचर समझा रही है, मतलब फ्रेंडली हो गया अच्छा लगता है। बच्चे तभी सीख पाएंगे, वो डर के माहौल में नहीं सीख पाएंगे, अगर डरते रहेंगे या पूछने से हिचकिचाएंगे, हेजिटेट होंगे तो नहीं। तो ही इज स्कोरिंग वेल एंड ही गॉट सेकंड पोजीशन इन बाय मंथली एग्जाम, तो आई एम वेरी हैप्पी फॉर हिम। आगे और कंपटीशन इसका हाई लग जाना है तो उसके लिए हमको और ज्यादा प्रिपेयर करना है। ये ब्रिलियंट स्टूडेंट है, इसलिए ये नहीं सोचना कि कल टेस्ट है तो मैं ऐसे ही आ जाऊंगा, है ना, तो तैयारी फिर भी करनी है। अपार्ट फ्रॉम दैट कि ब्रिलियंट तो है लेकिन फिर भी टॉप पे आने के लिए हमको रिवीजन बहुत जरूरी है, तैयारी तो फिर भी करके आना। इस वेले पेरेंट्स जिहड़े ने, मापे जिहड़े ने, वो मिल रहे ने अध्यापकों नूं, टीचरां नूं, बच्चों की परफॉर्मेंस किवें है उसकी जानकारी जिहड़ी है वो लिती जा रही है। कुछ होर क्लास भी देखते हैं कि किस तरीके दे नाल ਇੱਥੇ ਪੇਰੈਂਟਸ ਟੀਚਰ ਮੀਟਿੰਗ ਜਿਹੜੀ ਹੈ ਉਹ ਚੱਲ ਰਹੀ ਹੈ। ਬੱਚੇ ਦੀ ਪਰਫਾਰਮੈਂਸ ਕਿਵੇਂ, ਠੀਕ ਹੈ, ਠੀਕ ਪੜ੍ਹ ਰਿਹਾ, ਠੀਕ ਪੜ੍ਹ ਰਿਹਾ, ਫਿਰ ਟੀਚਰ ਨੂੰ ਮਿਲਿਆ ਜਾਂ ਮਿਲਣਾ? ਮਿਲਿਆ, ਥੋੜੀ ਪ੍ਰੋਬਲਮ ਹੈ, ਕਮੀ ਹੈ। ਠੀਕ ਹੈ, ਤਾਂ ਇੱਥੇ ਵੱਖ ਵੱਖ ਕਲਾਸਾਂ ਦੇ ਵਿੱਚ ਮਾਪੇ ਬੈਠੇ ਹੋਏ ਨੇ, ਟੀਚਰ ਦੇ ਨਾਲ ਗੱਲਬਾਤ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੀ ਪਰਫਾਰਮੈਂਸ ਜਿਹੜੀ ਹੈ, ਕਿਸ ਤਰੀਕੇ ਦੇ ਨਾਲ ਬੱਚਾ ਪੜ੍ਹਦਾ, ਕਿਸ ਤਰੀਕੇ ਦੀਆਂ ਖਾਮੀਆਂ ਨੇ ਜਾਂ ਕਿਸ ਤਰੀਕੇ ਨਾਲ ਵਧੀਆ ਪੜ੍ਹ ਰਿਹਾ, ਉਹ ਸਾਰੀ ਰਿਪੋਰਟ ਜਿਹੜੀ ਉਹ ਲਿੱਤੀ ਜਾ ਰਹੀ ਹੈ। ਕਿਹੜੀ ਕਲਾਸ ਨੂੰ ਤੁਸੀਂ ਪੜ੍ਹਾਉਂਦੇ ਹੋ? ਤੇ ਕਿੰਨੇ ਅੱਜ ਹੁਣ ਅੱਜ ਪੇਰੈਂਟਸ ਨੂੰ ਮਿਲ ਚੁੱਕੇ ਸਰ? ਮੇਰੇ 60% ਤੇ ਆ ਗਏ ਨੇ ਜੀ ਪੇਰੈਂਟਸ, ਹਜੇ ਹੈਗਾ ਆਪਣੇ ਕੋਲ ਟਾਈਮ, ਹੋਰ ਵੀ ਆ ਜਾਣਗੇ ਜੀ। ਮਤਲਬ ਕਿ ਸਾਡਾ ਫੋਕਸ ਤਾਂ ਇਹ ਹੈ ਕਿ 100% ਆਉਣਗੇ ਜੀ, ਬਾਕੀ ਕਈ ਵਾਰ ਕਿਸੇ ਦੀ ਪ੍ਰੋਬਲਮ ਹੋ ਜਾਂਦੀ, ਇੱਕ ਅੱਧਾ ਪੇਰੈਂਟਸ ਮੇ ਬੀ ਰਹਿ ਜਾਏ, ਪਰ ਤਕਰੀਬਨ ਸਾਡੇ ਪਰਸੈਂਟੇਜ ਕਾਫੀ ਆਈ ਜਾਏ। ਇਸ ਤਰੀਕੇ ਦੀ ਗੱਲਬਾਤ ਜਿਹੜੀ ਹੈ ਪੇਰੈਂਟਸ ਨਾਲ ਕੀਤੀ ਜਾਂਦੀ ਹੈ ਜਾਂ ਕੀ ਕੁਝ ਦੱਸਿਆ ਜਾਂਦਾ? ਪੇਰੈਂਟਸ ਨਾਲ ਬੱਚੇ ਦੀ ਓਵਰਆਲ ਪਰਫਾਰਮੈਂਸ ਜਿਹੜੀ ਸਿਰਫ ਸਕੂਲ 'ਚ ਨਹੀਂ, ਉਹਨਾਂ ਦੇ ਘਰ ਦਾ ਬੈਕਗਰਾਊਂਡ ਵੀ ਅਸੀਂ ਪੁੱਛਦੇ ਹਾਂ ਵੀ ਬੱਚਾ ਘਰੇ ਕੀ ਕਰਦਾ ਹੈ, ਪੇਰੈਂਟਸ ਕੀ ਕਰਦੇ ਨੇ, ਪੇਰੈਂਟਸ ਕਿੰਨਾ ਕੁ ਧਿਆਨ ਦਿੰਦੇ ਬੱਚੇ ਦੇ ਉੱਪਰ, ਅਤੇ ਅਸੀਂ ਕੀ ਕਰਦੇ ਹਾਂ, ਫਿਰ ਇਹਨਾਂ ਦੇ ਫੀਡਬੈਕ ਲਿਆ ਜਾਂਦਾ ਹੈ। ਇਹ ਪੇਰੈਂਟਸ ਆਏ ਨੇ? ਇਹ ਪੇਰੈਂਟਸ ਨੇ ਜੀ। ਹਾਂ, ਕਿਵੇਂ ਲੱਗ ਰਿਹਾ ਅੱਜ ਪੇਰੈਂਟਸ ਟੀਚਰ ਮੀਟਿੰਗ ਹੋ ਰਹੀ ਹੈ, ਪੂਰੀ ਫੀਡਬੈਕ ਵੀ ਲਿੱਤੀ ਗਈ ਹੈ, ਔਰ ਤੁਸੀਂ ਵੀ ਦੱਸ ਰਹੇ ਹੋ ਕਿ ਘਰ ਦਾ ਹਾਲ ਕਿਵੇਂ ਹੈ, ਬੱਚਾ ਪੜ੍ਹਦਾ ਨਹੀਂ ਪੜ੍ਹਦਾ, ਕਿਵੇਂ ਪਰਫਾਰਮੈਂਸ? ਪਰਫਾਰਮੈਂਸ ਜਿਸ ਤਰ੍ਹਾਂ ਇਹਨਾਂ ਨੇ ਦੱਸੀ ਹੈ, ਜਿੰਨੀ ਕੁ ਸਾਨੂੰ ਐਕਸਪੈਕਟੇਸ਼ਨ ਹੈ ਮੈਨੂੰ ਜਾਂ ਇਹਨਾਂ ਨੂੰ ਐਜ਼ ਏ ਟੀਚਰ ਐਕਸਪੈਕਟੇਸ਼ਨ ਹੈ ਉਸ ਤੋਂ ਥੋੜ੍ਹਾ ਘੱਟ ਹੈ, ਅਤੇ ਜਿੱਥੇ ਜਿੱਥੇ ਕਮੀਆਂ ਨੇ ਪਤਾ ਚੱਲਿਆ ਉਹਨਾਂ ਨੂੰ ਇੰਪਰੂਵ ਕਰਾਂਗੇ, ਅਤੇ ਸਾਡੇ ਵੱਲੋਂ ਸਟੇਟ ਗੌਰਮੈਂਟ ਨੂੰ ਬਹੁਤ ਇਸ ਚੀਜ਼ ਦੀ ਐਪਰੀਸੀਏਸ਼ਨ ਮੈਂ ਕਰਾਂਗਾ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਮਾਹੌਲ ਬਹੁਤ ਬਦਲਿਆ। ਇਸ ਸਕੂਲ ਵਿੱਚ ਮੈਂ ਪਹਿਲਾਂ ਵੀ ਆਉਂਦਾ ਸੀ, ਹੁਣ ਵੀ ਆਉਂਦਾ, ਬਹੁਤ ਫਰਕ ਹੈ। ਕੀ ਫਰਕ ਕੀ ਨਜ਼ਰ ਹੈ? ਫਰਕ ਇੱਕ ਤਾਂ ਡਿਸਿਪਲਿਨ ਦਾ ਬਹੁਤ ਫਰਕ ਆਇਆ, ਦੂਸਰਾ ਜਿਹੜੀ ਇਹੋ ਜਿਹੀ ਪੇਰੈਂਟ ਟੀਚਰ ਮੀਟਿੰਗ ਪਹਿਲਾਂ ਇੰਜ ਨਹੀਂ ਸੀ ਹੁੰਦੀ ਕਿ ਸਟੇਟ ਲੈਵਲ 'ਤੇ ਇਕੱਠੀ ਇੱਕ ਹੀ ਥਾਂ ਔਨ ਵਨ ਡੇ ਡੇਟ ਇਜ ਆਰਗੇਨਾਈਜ਼ਡ ਐਵਰੀਵੇਅਰ ਇਨ ਦਾ ਪੰਜਾਬ। ਇਸ ਚੀਜ਼ ਦਾ ਇੱਕ ਬਹੁਤ ਪੋਜ਼ਿਟਿਵ ਇਫੈਕਟ ਪੈਂਦਾ ਬੱਚਿਆਂ ਉੱਤੇ ਵੀ, ਪੇਰੈਂਟਸ ਉੱਤੇ ਵੀ, ਅਤੇ ਸਾਨੂੰ ਮੌਕਾ ਮਿਲਦਾ ਟੀਚਰ ਨਾਲ ਇੰਟਰੈਕਸ਼ਨ ਕਰਨ ਦਾ, ਆਪਣੇ ਬੱਚੇ ਦੀਆਂ ਕਮੀਆਂ ਦੇ ਦਾ ਪਤਾ ਲੱਗਦਾ ਐਜੂਕੇਸ਼ਨ ਦੇ ਵਿੱਚ ਕਿੱਥੇ ਕਿੱਥੇ ਕਮੀ ਹੈ। ਇਹ ਵੀ ਪੇਰੈਂਟਸ ਨੇ ਜਾਂ ਟੀਚਰ ਨੇ?
ਹਾਂਜੀ ਟੀਚਰ ਨੇ, ਕਿਵੇਂ ਲੱਗ ਰਿਹਾ ਜਦੋਂ ਹੁਣ ਬੱਚਿਆਂ ਦੇ ਮਾਪਿਆਂ ਨਾਲ ਡਾਇਰੈਕਟ ਗੱਲਬਾਤ ਹੋ ਰਹੀ ਹੈ? ਕਿਉਂਕਿ ਸਰਕਾਰੀ ਸਕੂਲਾਂ 'ਚ ਕਈ ਵਾਰ ਕਿਹਾ ਜਾਂਦਾ ਸੀ ਕਿ ਉਸ ਤਰੀਕੇ ਨਾਲ ਫੀਡਬੈਕ ਨਹੀਂ ਲਿੱਤੀ ਜਾਂਦੀ, ਫੀਡਬੈਕ ਨਹੀਂ ਦਿੱਤੀ, ਸਰਕਾਰਾਂ ਵੀ ਧਿਆਨ ਘੱਟ ਦਿੰਦੀਆਂ, ਇਨਫਰਾਸਟ੍ਰਕਚਰ ਘੱਟ ਹੁੰਦਾ। ਸਰ ਐਕਚੁਲੀ ਪੇਰੈਂਟਸ ਨਾਲ ਵੈਸੇ ਤਾਂ ਫੋਨ 'ਤੇ ਤਾਂ ਸਾਡਾ ਇੰਟਰੈਕਸ਼ਨ ਹੁੰਦਾ ਰਹਿੰਦਾ, ਪਰ ਇੱਦਾਂ ਪਰਸਨਲ ਇੰਟਰੈਕਸ਼ਨ 'ਚ ਸਾਨੂੰ ਬੱਚੇ ਬਾਰੇ ਜ਼ਿਆਦਾ ਜਾਣਕਾਰੀ ਮਿਲਦੀ ਹੈ। ਕਈ ਵਾਰੀ ਸਾਡੀ ਸੋਚ ਹੋਰ ਹੁੰਦੀ ਹੈ, ਪੇਰੈਂਟਸ ਦੀ ਹੋਰ ਹੁੰਦੀ ਹੈ, ਇੱਥੇ ਆ ਕੇ ਉਹ ਦੱਸਦੇ ਹੈ ਵੀ ਜੇ ਬਾਈ ਚਾਂਸ ਬੱਚੇ ਦੀ ਕੋਈ ਕਮੀ ਰਹਿ ਗਈ ਹੈ, ਉਹਦੀ ਕੀ ਪ੍ਰੋਬਲਮ ਘਰ 'ਚ ਹੈ, ਕਿਸ ਕਾਰਨ ਬੱਚਾ ਲੈਕ ਕਰ ਰਿਹਾ ਕਿਸੇ ਵੀ ਚੀਜ਼, ਔਰ ਉਹਨਾਂ ਨੂੰ ਅਸੀਂ ਵੀ ਦੱਸਦੇ ਹਾਂ ਕਿ ਸਾਡੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਕੁਛ ਹੋਰ ਪੇਰੈਂਟਸ, 10th ਕਲਾਸ ਵਿੱਚ ਤੁਹਾਡਾ ਬੇਟਾ ਪੜ੍ਹਦਾ, ਕਿਵੇਂ ਲੱਗਾ? ਬੰਕ ਮਾਰਦਾ ਜਾਂ ਸਹੀ ਪੜ੍ਹਦਾ ਜਾਂ ਠੀਕ ਹੈ? ਸਹੀ ਹੈ, ਸਕੂਲ ਵੀ ਰੈਗੂਲਰ ਆਤਾ ਪੜ੍ਹਨੇ ਮੈਂ ਵੈਸੇ ਠੀਕ ਹੈ, ਥੋੜਾ ਗੈਮ ਬਸ ਖੇਲਤਾ ਹੈ, ਬਾਕੀ ਠੀਕ ਹੈ। ਅੱਜ ਹੋ ਗਈ ਟੀਚਰ ਨਾਲ ਗੱਲਬਾਤ ਹੋਣੀ ਹੈ? ਹਾਂਜੀ, ਅਭੀ ਹੋਣੀ ਹੈ ਜੀ। ਕੋਈ ਲੰਬਾ ਤਾਂ ਨਹੀਂ ਦਿਓਗੇ ਕਿ ਠੀਕ ਠੀਕ ਪੜ੍ਹ ਰਹੇ? ਠੀਕ ਪੜ੍ਹ ਰਹੇ ਹਾਂ ਜੀ। ਬੇਟਾ ਕੀ ਬਣਨਾ ਵੱਡੇ ਹੋ ਕੇ? ਅਭੀ ਤੋਂ ਅੰਕਲ ਪੁਲਿਸ, ਪੁਲਿਸ ਵਿੱਚ ਜਾਣ ਦਾ ਮਨ ਹੈ। ਹਾਂਜੀ, ਤੇ ਕਿੰਨੇ ਪਰਸੈਂਟ ਨੰਬਰ ਆ ਜਾਂਦੇ ਹੈ? ਮਾਹੌਲ ਠੀਕ ਹੈ? ਕੁਛ ਹੋਰ ਪੇਰੈਂਟਸ ਵੀ ਆਏ ਹੋਏ ਨੇ, ਕਿਵੇਂ ਲੱਗ ਰਿਹਾ ਇੱਥੇ ਅੱਜ ਸਕੂਲ ਚ ਆ ਕੇ? ਰਿਪੋਰਟ ਕਾਰਡ ਲੈ ਵੀ ਰਹੇ? ਪੀਟੀਐਮ ਜਿਹੜੀ ਹੈ, ਪੇਰੈਂਟਸ ਟੀਚਰ ਮੀਟਿੰਗ ਸਕੂਲ ਦੇ ਵਿੱਚ ਕਰਵਾਈ ਜਾ ਰਹੀ ਹੈ, ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵੱਖ ਵੱਖ ਥਾਵਾਂ ਦੇ ਉੱਤੇ, ਔਰ ਕਿਵੇਂ ਹੋ ਗਈ ਤੁਹਾਡੀ ਮੀਟਿੰਗ ਜਾਂ ਹੋਣੀ? ਹੁਣ ਤੁਸੀਂ ਵੀ ਗੁੱਡ ਹੋ, ਤੁਹਾਡੇ ਪੰਜਾਬੀ ਸਕੂਲ ਵੀ ਗੁੱਡ ਆ, ਅਸੀਂ ਤੁਹਾਨੂੰ ਪੜ੍ਹਿਆ, ਲੇਕਿਨ ਨਿਆਣੇ ਜੋ ਹੈ ਨਾ ਬਹੁਤ ਵਧੀਆ ਪੜ੍ਹ ਰਿਹਾ। ਵਧੀਆ ਪੜ੍ਹਾਈ ਠੀਕ ਹੋ ਰਹੀ? ਓਕੇ ਆ, ਕੋਈ ਸ਼ਿਕਾਇਤ ਨਹੀਂ ਆ। ਮੈਂ ਇੱਕ ਆਰਮੀ ਅਫਸਰ ਕੇ ਪਾਸ 27 ਸਾਲ ਸੇ ਨੌਕਰੀ ਕਰਤਾ ਹੂੰ, ਉਨਕੀ ਉਮਰ ਹੈ 98 ਸਾਲ ਉਮਰ ਦੀ, ਠੀਕ ਹੈ। ਸਕੂਲ ਠੀਕ ਲੱਗ ਰਿਹਾ ਅੱਜ ਬੱਚਿਆਂ ਦੀ? ਬੱਚਿਆਂ ਕਿਵੇਂ ਦਾ ਕੰਮ ਕਰਦੇ ਆ, ਪੇਰੈਂਟਸ ਸਿੱਧਾ ਪੁੱਛ? ਕੋਈ ਸ਼ਿਕਾਇਤ ਨਹੀਂ ਹੈ ਜੀ, ਥੈਂਕ ਯੂ ਸੋ ਮਚ। ਤਾਂ ਪੇਰੈਂਟਸ ਵੀ ਖੁਸ਼ ਨਜ਼ਰ ਆ ਰਹੇ ਨੇ ਕਿ ਡਾਇਰੈਕਟ ਰਿਪੋਰਟ ਜਿਹੜੀ ਉਹ ਮਿਲਦੀ, ਪੇਰੈਂਟਸ ਟੀਚਰ ਮੀਟਿੰਗ ਜਿਹੜੀ ਹੈ ਉਹ ਸਕੂਲ ਦੇ ਵਿੱਚ ਸਰਕਾਰੀ ਕਰਵਾਈ ਜਾ ਰਹੀ ਹੈ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਮੋਹਾਲੀ।